एक शुक्राना दूसरा मुस्कुराना और तीसरा किसी का दिल ना दुखाना ये है तीन रास्ते सुखी होने के आप सभी दर्शकों को राधा स्वामी देखिए सवाल जवाब का ये छोटा सा वीडियो बाबा जी सब तो आप दी जी अपार दया मेरे लिए बहुत बहुत शुक्रिया मैं बाबा जी समझना चाहता सी की ट्रू डिसाइपल कौन है कि मनिया जा सकता है जिदा आप ਨਾਮ ਨੰਦੀਪਕ ਸ਼ਿਸ਼ੋਂ ਦੀ ਯਾਤਾ ਆਪਾਂ ਨੇ ਉਹ ਕਹਿੰਦੇ ਆ ਨਾ ਕਿ ਗੁਰੂ ਅਰਜਨ ਦੇਵ ਦੇ ਵਕਤ ਪੰਜਵੀਂ ਪਾਤਸ਼ਾਹੀ ਦੇ ਵਕਤ ਨਾ ਜੀ ਉਹਨਾਂ ਦੇ ਦਰਬਾਰ ਵਿੱਚ ਕੀਰਤਨੀਏ ਸੀ ਅੱਛਾ ਜੀ ਬੜਾ ਸੋਹਣਾ ਕੀਰਤਨ ਕਰਦੇ ਸੀ ਹੌਲੀ ਹੌਲੀ ਮਨਚਾ ਹੰਕਾਰ ਆ ਗਿਆ ਕਿ ਸ਼ਾਇਦ ਜਿਹੜੀ ਸੰਗਤ ਇਕੱਠੀ ਹੁੰਦੀ ਹੈ ਨਾ ਕੀਰਤਨ ਸੁਣਨ ਨੂੰ ਹੁੰਦੀ ਹੈ ਸੋ ਇੱਕ ਦਿਨ ਉਹਨਾਂ ਗੁਰੂ ਸਾਹਿਬ ਕੋਲੇ ਹਾਜ਼ਰ ਹੋਏ ਪੰਜਵੀਂ ਪਾਤਸ਼ਾਹੀ ਕੋਲੇ ਔਰ ਉਹਨਾਂ ਨੂੰ ਕਿਹਾ ਕਿ ਜੀ ਘਰ ਚ ਜ਼ਿੰਮੇਵਾਰੀਆਂ ਵੀ ਹੈ ਬਾਲ ਬੱਚੇ ਵੀ ਹੈ ਤਾਂ ਜੇ ਹੁਕਮ ਹੋਵੇ ਤਾਂ ਜਿੰਨੀ ਸੰਗਤ ਆਂਦੀ ਹੈ ప్రతి ਸੰਗਤ ਅਸੀਂ 1-1 ਟਕਾ ਅਸੀਂ ਲੈ ਲਿਆ ਕਰੀ ਗੁਰੂ ਸਾਹਿਬ ਨੇ ਦੇਖਿਆ ਕਿ ਇਹਨਾਂ ਦੇ ਮਨ ਚ ਨਾ ਅਹੰਕਾਰ ਆ ਗਿਆ ਉਹਨਾਂ ਨੇ ਟਾਲਤਾ ਉਦੋਂ ਚੁੱਪ ਕਰਕੇ ਚਲੇ ਗਏ ਦੋ ਤਿੰਨ ਦਿਨ ਬਾਅਦ ਫੇਰ ਹਾਜ਼ਰ ਹੋਏ ਮਹੀਨੇ ਬਾਅਦ ਫੇਰ ਹਾਜ਼ਰ ਹੋਏ ਇੱਕ ਦਿਨ ਜਦੋਂ ਆਏ ਨਾ ਤਾਂ ਗੁਰੂ ਸਾਹਿਬ ਨੇ ਸਾਢੇ 4 ਟਕੇ ਸਾਹਮਣੇ ਰੱਖਤੇ। ਉਹਨਾਂ ਨੇ ਕਿਹਾ ਜੀ ਸਮਝੇ ਨਹੀਂ ਅਸੀਂ। ਉਹਨਾਂ ਨੇ ਕਿਹਾ ਜੀ ਤੁਸੀਂ ਕਿਹਾ ਸੀ ਪ੍ਰਤੀ ਸਿੱਖ ਪਹਿਲਾ ਸਿੱਖ ਪਹਿਲੀ ਪਾਤਸ਼ਾਹੀ, ਦੂਜਾ ਸਿੱਖ ਦੂਜੀ, ਤੀਜਾ ਤੀਜੀ ਪਾਤਸ਼ਾਹੀ, ਚੌਥੀ। ਪਰ ਕਹਿੰਦੇ ਜਿਹੜਾ ਅੱਧਾ ਟਕਾ ਹੈ ਨਾ ਇਹ ਮੇਰਾ। ਮੈਂ ਹਲੇ ਪੂਰਾ ਸਿੱਖ ਨਹੀਂ ਬਣਿਆ। ਤੁਹਾਵਾਂ ਜੀ ਜੇਦੋਂ ਆਪ ਆਪਣੀ ਜਿਗਿਆਸਾ ਰੱਖਦੇ ਆਂ ਜਿਦਾਂ ਨਾਮਦਾਨ ਦੀ ਬਖਸ਼ਿਸ਼ ਵਾਸਤੇ ਉਹ ਸਾਡਾ ਪਹਿਲਾ ਸਟੈਪ ਹੁੰਦਾ ਉਹਦੋਂ ਆਪ ਆਪਣੇ ਡਿਸਾਈਪਲ ਨਹੀਂ ਕਰ ਸਕਦੇ ਬਿਤੇ ਨਾਮਦਾਨ ਆਪਾਂ ਕਿਸ ਨੂੰ ਕਹਿੰਦੇ ਆਂ ਨਾਮਦਾਨ ਲੈ ਕੇ ਅਸੀਂ ਇੱਕ ਸੋਚ ਨੂੰ ਅੱਗੇ ਰੱਖਿਆ ਕਿ ਮੈਂ ਆਹ ਰਸਤੇ ਦੇ ਉੱਤੇ ਚੱਲਣਾ ਹੈਗਾ ਔਰ ਆ ਮੇਰਾ ਲਕਸ਼ ਹੈਗਾ ਜੀ ਹੁਣ ਜਿਵੇਂ ਬੱਚੇ ਨੂੰ ਸਕੂਲ ਵਿੱਚ ਦਾਖਲਾ ਦਿਲਵਾਨਦੇ ਆਂ ਚੰਗੇ ਤੋਂ ਚੰਗਾ ਸਕੂਲ ਚੁਣ ਕੇ ਤੁਸੀਂ ਦਾਖਲਾ ਦਲਾਤਾ ਮਗਰ ਬੱਚਾ ਤਾਂ ਹੀ ਪਾਸ ਹੋਊਗਾ ਜੇ ਪੜ੍ਹਾਈ ਕਰੂਗਾ ਜੇ ਪੜ੍ਹਾਈ ਨਹੀਂ ਕਰੂਗਾ ਤਾਂ ਨਹੀਂ ਪਾਸ ਹੋਣ ਲੱਗਾ ਸਕੂਲ ਭਾਵੇਂ ਜਿਹੋ ਜਿਹਾ ਮਰਜ਼ੀ ਹੋਵੇ ਉਹੀ ਬੱਚਾ ਤੁਸੀਂ ਮਾੜੇ ਤੋਂ ਮਾੜੇ ਸਕੂਲ ਵਿੱਚ ਪਾ ਦਿਓ ਉੱਥੇ ਮਿਹਨਤ ਕਰੂਗਾ ਫਿਰ ਵੀ ਪਾਸ ਹੋ ਚੁੱਕਾ ਸੋ ਬੇਟਾ ਸਾਡੀ ਕਰਨੀ ਜਿੰਨਾ ਚਿਰ ਆਪਾਂ ਆਪਣੀ ਕਰਨੀ ਨਹੀਂ ਨਾ ਕਰਦੇ ਇਹ ਸਿਰਫ ਕਹਿ ਦਿਆਏ ਮੈਂ ਨਾਮਦਾਨ ਲੈ ਲਿਆ ਜੀ ਮੈਂ ਉਹਨਾਂ ਦਾ ਭਗਤ ਐ ਮੈਂ ਉਹਨਾਂ ਦਾ ਸ਼ੇਸ਼ ਐ ਕੋਈ ਮਤਲਬ ਨਹੀਂ ਰੱਖਦਾ अपनी थैंक यू अगर अभी तक आपने हमारे चैनल को सब्सक्राइब नहीं किया है तो प्लीज सब्सक्राइब करें हमारे यूट्यूब चैनल सिटी वैब को अगर आप हमें फेसबुक या इंस्टाग्राम पर देख रहे हैं तो हमारे पेज को भी फॉलो जरूर करें